इलती लाणा टीवी चैनल वेख रहे किसान वीरां नूं साडी प्यार भरी सत श्री अकाल नमस्कार आदाब किसान भरावो। अज असीं खड़े हां 5 तरीक नूं बकरियां दी मंडी पंधेरां दे विच जो कि जिला बरनाला भीखी धनौला रोड के उपर लगती है। साढ़े पास मौजूद ने इस समय मंडी के ओनर वीर भगवान सिंह पंधेर, डॉक्टर गुरप्रीत सिंह जी फुलेवाला, तो साढ़े मैंबर साहब अमरीक सिंह वीर जी माखे तो होर सारे बकरी पालक वीर भी साढ़े नाल मौजूद ने। तुहानू बड़ी जान के खुशी होगी कि पंधेरां दी बकरियां मंडी है जिहड़ी 5 तरीक नूं लगती है। हुण महीने दे विच इह बकरियां दी मंडी है जिहड़ी 2 बार लगाई जाया करी। बाकी सारी जानकारी जिहड़ी आपां वीर भगवान सिंह पंधेर पासों लैंदे आं। वीर जी असीं तुहाडा स्वागत करदे आं इलती लाणा टीवी चैनल उपर जी। ਵੀਰ ਜੀ ਮੇਰੇ ਵੱਲੋਂ ਵੀ ਇਲਤੀ ਲਾਣਾ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਵੀਰ ਭਗਵਾਨ ਸਿੰਘ ਪੰਧੇਰ ਜੀ ਜਿਸ ਤਰ੍ਹਾਂ ਕਿ ਆਪਣੀ ਬੱਕਰੀਆਂ ਦੀ ਮੰਡੀ ਹੈ ਜਿਹੜੀ ਉਹ 5 ਤਰੀਕ ਨੂੰ ਲੱਗਦੀ ਹੈ ਅਤੇ ਹੁਣ ਆਪਾਂ ਮੰਡੀ ਹੈ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਮਹੀਨੇ ਦੇ ਵਿੱਚ 2 ਲਗਾਉਣੀਆਂ ਨੇ ਅਤੇ ਅਗਲੀ ਤਰੀਕ ਆਪਾਂ ਕਿਹੜੀ ਰੱਖ ਰਹੇ ਹਾਂ ਜੀ? ਦੇਖੋ ਵੀਰ ਜੀ 5 ਤਰੀਕ ਤਾਂ ਆਪਾਂ ਪਹਿਲਾਂ ਤੋਂ ਫਾਈਨਲ ਹੀ ਆਪਣੀ ਵੀ ਹਰ ਮਹੀਨੇ ਦੀ 5 ਤਰੀਕ, ਹੁਣ ਆਪਾਂ ਮਹੀਨੇ ਦੀ 5 ਅਤੇ 20 ਤਰੀਕ ਰੱਖਤੀ ਜੀ, 2 ਕਰਤੀਆਂ ਵੀ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਮੰਡੀ ਲਗਾਈ ਜਾਇਆ ਕਰੇਗੀ ਜੀ। ਠੀਕ ਹੈ ਜੀ, ਹਾਂਜੀ। ਅਤੇ ਆਉਣ ਵਾਲੇ ਵਪਾਰੀ ਵੀਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਪਾਂ? ਦੇਖੋ ਜੀ ਆਪਾਂ ਤਾਂ ਹਰ ਜੋ ਕਿ ਬਾਈ ਬੱਕਰੀ ਪਾਲਕ ਕਿਸਾਨ ਨੇ ਵੀਰ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀਰ ਜੀ ਆਪਣੀ ਮੰਡੀ 'ਤੇ ਬੱਕਰੀਆਂ ਲੈ ਕੇ ਆਓ ਔਰ ਵੇਚਣ ਵਾਲੇ ਵੀ ਬਾਈ ਅਤੇ ਖਰੀਦਣ ਵਾਲੇ ਵੀ ਵੀ ਵਧੀਆ ਇੱਥੇ ਆਪਣੇ ਕੋਲ ਰਾਜਸਥਾਨ ਦਾ ਵਪਾਰੀ, ਹਿਮਾਚਲ ਦਾ, ਹੋਰ ਵੀ ਸਟੇਟਾਂ 'ਚ ਵਧੀਆ ਵਪਾਰੀ ਆਉਂਦੇ ਨੇ ਕਿ ਵਧੀਆ ਮਾਲ ਮੁੱਲ ਆਪਣੀ ਮੰਡੀ 'ਤੇ ਮਿਲ ਸਕਦਾ ਬਾਈ ਸਾਨੂੰ। ਅਤੇ ਉਹਨਾਂ ਵੀਰਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜਿਸ ਤਰ੍ਹਾਂ ਕਿ ਕੋਈ ਵੀਰ ਦੂਰ ਆਉਂਦਾ ਆਪਣੇ ਜਾਨਵਰ ਲੈ ਕੇ ਉਹਨਾਂ ਦੇ ਜਾਨਵਰਾਂ ਦੇ ਖਾਣ ਪੀਣ ਦਾ ਪ੍ਰਬੰਧ ਆਪਣੇ ਪਾਸ ਕਿਹੋ ਜਿਹਾ ਹੈ ਜਾਂ ਨਹੀਂ? ਹਾਂਜੀ ਦੇਖੋ ਜੀ ਜਿਹੜਾ ਵੀਰ ਬਾਈ ਜੀ ਬਾਹਰਲੀਆਂ ਸਟੇਟਾਂ 'ਚ ਆ ਰਿਹਾ ਉਹਨਾਂ ਵਾਸਤੇ ਆਪਣੇ ਕੋਲ ਵਧੀਆ ਰੂਮ ਨੇ ਬਾਈ ਜੀ, ਬਿਸਤਰਿਆਂ ਦਾ ਪ੍ਰਬੰਧ, ਬੱਕਰੀਆਂ ਦੇ ਨੀਰੇ ਚਾਰੇ ਦਾ ਔਰ ਬਾਈਆਂ ਦੇ ਖਾਣੇ ਪੀਣੇ ਦਾ ਪ੍ਰਬੰਧ, ਜੋ ਕਿ ਕੱਲ੍ਹ ਵੀ ਬਾਈ 40-45 ਬੰਦੇ ਆਏ ਸੀ ਰਾਜਸਥਾਨ ਤੋਂ, ਉਹਨਾਂ ਵਾਸਤੇ ਆਪਾਂ ਪ੍ਰਬੰਧ ਵਧੀਆ ਕੀਤਾ। ਅਤੇ ਅੱਗੇ ਵਾਸਤੇ ਵੀ ਜਿਹੜਾ ਵੀਰ ਆਉਣਾ ਚਾਹੁੰਦਾ ਵਿੱਚ ਕੇ ਆਪਣੇ ਕੋਲ ਆ ਸਕਦਾ, ਕੋਈ ਚੱਕਰ ਨਹੀਂ, 100 ਬੰਦਾ 50 ਵੀ ਆਪਾਂ ਨੂੰ ਫੋਨ 'ਤੇ ਦੱਸ ਸਕਦਾ, ਆਪਾਂ ਉਦੋਂ ਦਾ ਵਧੀਆ ਹਾਈ ਲੈਵਲ ਦੇ ਪ੍ਰਬੰਧ ਕਰਾਂਗੇ ਜੀ। ਠੀਕ ਹੈ ਵੀਰ ਜੀ, ਤੁਹਾਡਾ ਸੰਪਰਕ ਨੰਬਰ ਹੈ ਜਿਹੜਾ ਉਹ ਸਾਡੇ ਵੀਰਾਂ ਨੂੰ ਜ਼ਰੂਰ ਦਿਓ ਤਾਂ ਜੋ ਤੁਹਾਡੇ ਨਾਲ ਸੰਪਰਕ ਕਰਕੇ ਇਸ ਬੱਕਰੀਆਂ ਦੇ ਮੇਲੇ ਉੱਪਰ ਆ ਸਕਣ। ਹਾਂਜੀ ਆਪਣਾ ਨੰਬਰ ਹੈਗਾ ਜੀ 98-152 ਜੀ 73-262 ਜੀ, ਵਟਸਐਪ ਨੰਬਰ ਹੈਗਾ ਜੀ 77-197-56-165 ਜੀ। ਸ਼ੁਕਰੀਆ ਵੀਰ ਜੀ, ਧੰਨਵਾਦ ਜੀ। ਸਾਡੇ ਪਾਸ ਮੌਜੂਦ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਫੁੱਲੇਵਾਲਾ, ਅਸੀਂ ਇਹਨਾਂ ਪਾਸੋਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਉਹ ਵੀਰਾਂ ਦੇ ਇਸ ਉੱਦਮ ਉਪਰਾਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਨੇ? ਸਭ ਤੋਂ ਪਹਿਲਾਂ ਵੀਰ ਜੀ ਮੇਰੇ ਬੱਕਰੀ ਪਾਲਕ ਵੀਰਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ। ਜਿਹੜੇ ਮੰਨ ਲਓ ਵੀਰ ਭਗਵਾਨ ਸਿੰਘ ਪੰਧੇਰ ਨੇ ਮੰਡੀ ਲਵਾ ਰਹੇ ਆ, ਲਵਾਈ ਆ 5 ਤਰੀਕ ਦੀ ਆ, ਇਹਦੇ ਵਿੱਚ ਵੀਰ ਨੇ ਬਹੁਤ ਮਿਹਨਤ ਕਰੀ ਹੈ ਜੀ। ਆਮ ਜਿਹੜੇ ਹਿਸਾਬ ਨਾਲ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਮਾਲ ਆਇਆ। ਦੇਖੋ ਜੀ ਇਹਦੇ ਹਿਸਾਬ ਦੇ ਨਾਲ ਮੰਨ ਲਓ ਮਹੀਨੇ ਦੇ ਵਿੱਚ 2 ਮੰਡੀਆਂ ਕਰਨ ਦਾ ਵੀਰ ਦਾ ਹੱਕ ਹੀ ਬਣਦਾ ਸੀਗਾ, ਕਿਉਂਕਿ ਮਹੀਨਾ ਬਹੁਤ ਲੰਬਾ ਚਲਾ ਜਾਂਦਾ। ਇੱਕ ਤਾਂ ਮੇਰੇ ਬੱਕਰੀ ਪਾਲਕ ਵੀਰ ਬਾਈ ਜੀ ਨੂੰ ਫੋਨ ਕਰਦੇ ਹੁੰਦੇ ਸੀ, ਦੱਸਦੇ ਹੁੰਦੇ ਸੀ ਵੀ ਤੁਸੀਂ ਨਾ ਮੰਡੀਆਂ ਮਹੀਨੇ ਦੇ ਵਿੱਚ 2 ਕਰੋ, ਵੀ ਲੰਬਾ ਟਾਈਮ ਲੈ ਜਾਂਦਾ ਗਾ 1 ਮਹੀਨਾ। ਅਤੇ ਇੱਕ ਵਪਾਰੀ ਵੀਰਾਂ ਦੇ ਬਹੁਤ ਫੋਨ ਆਉਂਦੇ ਸੀਗੇ ਵੀ ਸਾਨੂੰ ਦਿੱਕਤ ਆਉਂਦੀ ਹੈ ਜੀ ਮੰਡੀਆਂ ਤੁਸੀਂ 2 ਕਰੋ, ਇਸ ਕਰਕੇ ਮੇਰੇ ਵੀਰ ਜੀ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜਿਹੜੀ ਵੀ ਅਗਲੀ ਮੰਡੀ 20 ਤਰੀਕ ਦੀ ਲਵਾ ਰਹੇ। ਠੀਕ ਹੈ ਜੀ। ਅਤੇ ਵੀਰ ਜੀ ਭਗਵਾਨ ਸਿੰਘ ਪੰਧੇਰ ਜੀ ਆਪਾਂ ਇਹ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਆਪਾਂ ਮੁਕਾਬਲੇ ਜਿਹੜੇ ਰੱਖਦੇ ਹੁੰਦੇ ਹਾਂਗੇ ਉਹ ਆਪਾਂ ਕਦੋਂ ਰੱਖਿਆ ਕਰਾਂਗੇ, ਉਹਦੇ ਬਾਰੇ ਵੀ ਸਾਡੇ ਵਪਾਰੀ ਵੀਰਾਂ ਨੂੰ ਦੱਸਿਓ ਤਾਂ ਜੋ ਵਪਾਰੀ ਵੀਰ ਜਿਸ ਤਰ੍ਹਾਂ ਕਿ ਅੱਜ ਵੀ ਕੁਛ ਵੀਰ ਆਏ ਨੇ ਉਹਨਾਂ ਨੂੰ ਇਹ ਸੀ ਕਿਹਾ ਕਿ ਰਿੰਗ ਦੇ ਵਿੱਚ ਜਾਨਵਰ ਪਾਵਾਂਗੇ, ਇਹ ਆਪਾਂ ਕੀ ਸ਼ਡਿਊਲ ਰੱਖਿਆ ਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੱਸੋ। ਇਹ ਦੇਖੋ ਜੀ ਆਪਣੇ ਡਾਕਟਰ ਸਾਹਿਬ ਜੋ ਕਿ ਮੇਲਾ ਕਰਵਾ ਰਹੇ ਆਪਣੇ ਪਿਤਾ ਦੀ ਯਾਦ ਵਿੱਚ ਜੀ, ਜੋ ਕਿ ਇਹ ਪਿੰਡ ਫੁੱਲੇਵਾਲ ਜੀ, ਅਤੇ ਉੱਥੇ ਇਹ ਮੇਲਾ ਬਹੁਤ ਹਾਈ ਲੈਵਲ 'ਤੇ ਹੋ ਰਿਹਾ ਜੀ। ਉੱਥੇ ਮੁਕਾਬਲੇ ਕਰਵਾਏ ਨੇ ਜਿਵੇਂ ਖੀਰੇ ਬੱਚੇ ਜੀ, ਯਾਨੀ ਕਿ ਆਲ ਓਵਰ ਮੁਕਾਬਲੇ ਕਰਵਾਏ ਜਾਂਦੇ ਨੇ ਜੀ, ਉੱਥੇ ਕਰਵਾਏ ਜਾਣਗੇ, ਵਧੀਆ ਪ੍ਰਬੰਧ ਕੀਤਾ ਜਾਊਗਾ ਜੀ, ਵਧੀਆ ਨਾਮ ਜਿਵੇਂ ਕੂਲਰ ਪੱਖੇ, ਉਸ ਤੋਂ ਬਾਅਦ ਆਪਣੀ ਜੋ ਤਰੀਕ ਲਿਖੀ ਜਾਵੇ ਉਸ ਤੋਂ ਬਾਅਦ ਆਪਾਂ ਮੁਕਾਬਲੇ ਕਰਾਉਣਾ, ਪਹਿਲਾਂ ਆਪਾਂ ਕੋਈ ਮੁਕਾਬਲਾ ਨਹੀਂ ਕਰਾਉਣਾ ਜੀ। ਠੀਕ ਹੈ, ਉਸ ਤੋਂ ਬਾਅਦ ਹੀ ਕਰਾਉਣਾ, ਉਸ ਤੋਂ ਬਾਅਦ ਆਪਾਂ ਮੁਕਾਬਲਾ ਕਰਾਉਣੇ ਨੇ ਜੀ। ਹਾਂਜੀ। ਅਤੇ ਡਾਕਟਰ ਗੁਰਪ੍ਰੀਤ ਸਿੰਘ ਜੀ ਆਪਾਂ ਜੋ ਕਿ ਤੁਹਾਡੇ ਪਿਤਾ ਜੀ ਦੀ ਯਾਦ ਵਿੱਚ 5 ਮਹੀਨੇ ਦੇ ਵਿੱਚ ਆਪਾਂ ਮੇਲਾ ਕਰਵਾ ਰਹੇ ਹਾਂਗੇ, ਤੁਸੀਂ ਕੀ ਕਹਿਣਾ ਚਾਹ ਰਹੇ ਹੋਗੇ ਕਿਸਾਨ ਭਰਾਵਾਂ ਨੂੰ? ਵੀਰ ਜੀ ਮੈਂ ਨਾ ਮੇਰੇ ਬੱਕਰੀ ਪਾਲਕ ਵੀਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਵੱਧ ਤੋਂ ਵੱਧ ਬੱਚੇ ਬੱਕਰੀਆਂ ਮੇਲੇ ਦੇ ਵਿੱਚ ਲੈ ਕੇ ਆਓ ਅਤੇ ਮੇਲੇ ਦੇ ਵਿੱਚ ਹਿੱਸਾ ਪਾਓ। ਵੀਰ ਜੀ ਜਿਹੜਾ ਮੇਲਾ ਹੈਗਾ ਇਹ ਆਲ ਓਵਰ ਕਰਾਇਆ ਜਾਊਗਾ, ਆਲ ਓਵਰ ਬਰੀਡ ਦਾ, ਜਿਵੇਂ ਮੰਨ ਲਓ ਖੱਸੀ ਹੋ ਗਏ, 2 ਦੰਦ, 4 ਦੰਦ, 6 ਦੰਦ, 8 ਦੰਦ, ਖੀਰੇ,
ये सारे के मुकाबले हो गए जी। तो मैं असी ना एक 3 महीने पहला इस करके बकरी पालक वीर पोस्टर भी वंडे आ वीडियो भी पाए जिन्हें भी मान लो मेरे वीर ने बकरी या बकरे तैयार करने हैं उदों तैयार हो जाने। दूसरी गल मेरे वीर हो गए जिमें मान लो भगवान सिंह भंधेर हो गए, बलविंदर सिंह मान तोंगाली हो गए, जगदीप सिंह लौंगोवाल हो गए, अपना बहादुर सिंह ककराला भाई का हो गए, ये सारे मेरे दोस्त आ मान लो। मैनू ये नहीं हुंदा भी कोई भी मंडी वाला मेरे तो कोई जैलसी फील करता, मेरा सिर्फ बकरी पालन एक प्रमोट करना मेरा मकसद आ, मेरा कोई सेल परचेज का नहीं, कोई मैं ऐ नहीं कहता भी कोई व्यापारी माड़ा गया, मेरे लिए सब एक आ। बकरी पालक भी मेरे लिए उन्नी चंगे आ, मेरे लिए मंडियां दे ओनर भी उन्नी चंगे आ, मेरे लिए व्यापारी भी उन्नी चंगे। सो इस करके पहली गल तो मैं मेरे मीर जिन्हें भी मंडी के ओनर आ गए जिमें लौंगोवाल हो गए, तंगवाली वाले हो गए, भगवान सिंह भंधेर हो गए, अपने ककराला भाई इन्हों का तहे दिलों धन्यवाद दी जी। ये मेरा बहुत सहयोग दे रहे जी मेले के, ये वीर मेरे फोन भी करते हैं तो मेरे नाल खड़े भी। ठीक है वीर। हाँ जी। तो वीर जी इनामों बारे भी पूछा कि आप किस तरह के इनाम है जोड़े वो दे रहे हैं। वीर जी इनाम असी वधिया देवे, इनामों के कूलर तो पखे दिते जाएंगे। ठीक है। हाँ जी। सो किसान भराओ आपां ने सारी डिटेल जानी आ भंधेर बकरा मंडी बारे, तो डॉक्टर गुरप्रीत सिंह जी फुलेवाला जो कि अपने पिता स्वर्गीय सरदार मलकीत सिंह जी धालीवाल उन्हां दी याद विच करवा रहे ने। किसान भरावां ने उस मेले दे विच पहुँचना अपने जानवर लैके, तो खरीदन वेचण वाले वीरां नूं भी बेनती करदे आ कि वध तों वध किसान भरा उस मेले दे विच पहुँचण ते वध तों वध लाहे प्राप्त करन। वीडियो किस तरह लगी लाइक शेयर कमेंट दे नाल जरूर जवाब देना। मिलदे आ नवी वीडियो लैके, तद तक लई धन्नवाद, सति श्री अकाल, नमस्कार।